بسم اللہ الرحمن الرحیم. السلام علیکم محترم بہن بھائیوں, میں منور عرب دیکھ رہا ہوں میرا یوٹیوب چینل منور دی. اللہ تعالیٰ آپ کو خوش رکھے, شاد و آباد رکھے, حسن پاک کے ساتھ آج کا ولاگ شروع کرتے ہیں. آج جس ولاگ دے وچ میں تے فرحان علی گئے سی قربانی واسطے بکرے لین, لیلے لے آندے نے پیٹ دے دو, تے اسی ہن ہی رکشے تو لائے نے فرحان علی کپڑے بدل لے نے کپڑے بدل کے بڑا چاچو آیا سی, یہ تو پی اسلم ਇਤਰਾਈ ਕਰਦੇ ਸੀ, ਉੱਥੇ ਕੱਪੜੇ ਬਦਲ ਕੇ ਕੱਪੜੇ ਭੇਜ ਵੀ ਲੈ ਨੇ, ਹੈ ਨਾ? ਪੇ ਹਾਂ ਮੇਮੇ ਦੇਖ ਕੇ ਆਇਆ. ਹਾਂ ਮੇਮੇ ਕਿੱਥੇ ਗਏ ਆ? ਆ ਜਾ ਮੈਂ ਤੁਹਾਨੂੰ ਦਿਖਾਉਂਦਾ. ਚਲੋ ਆ ਜਾ. ਕਿੱਥੇ ਗਏ ਮੇਮੇ? ਕਿੱਥੇ ਗਏ? ਓ ਫਿਰਦੇ ਪਏ. ਹਾਂ ਓ ਤੇਰੀ ਕਾ ਲੱਗ ਗਏ ਜੀ. ਕਹਿੰਦਾ ਜੀ ਕਿਤੇ ਪਾਪਾ ਤੇ ਪਾਪਾ ਤੇ ਫਨ ਇਤੇ ਸ਼ਾਮ ਤੇ ਮਾਮਾ ਨਾ ਲੱਭ ਲੈ ਤਾ ਉਹ ਫੜ ਕੇ ਲੈ ਇਧਰ. ਇਹ ਮਾਸ਼ਾਅੱਲਾ ਸੀ ਦੋ ਪੇਟ ਦੇ ਲੈ ਲੈ ਲਿਆਂਦੇ ਨੇ ਕੁਰਬਾਨੀ ਵਾਸਤੇ. ਉਹ ਲੈ ਕੇ ਆ ਉਰੇ ਵੇਖ. ਬਿਸਮਿਲਾ ਡਿੱਗੀ ਨਾ ਕਿਤੇ ਆ ਜਾ. ਸੋਹਣੇ ਮਾਸ਼ਾਅੱਲਾ ਬਣ ਗਿਆ ਅੱਜ ਹੁਣ ਲੈ ਕੇ ਦਿੱਤੇ ਨਾ ਜੀ. ਪਹਿਲੇ ਸਾਲ ਫਰਾਨ ਵਾਲੇ ਨੂੰ ਤਾਂ ਕੁਰਬਾਨੀ ਲੱਗਦੀ ਹੈ ਨਾ. ਤੇ ਤਿੰਨ ਇਹਨਾਂ ਤਰ੍ਹਾਂ ਵੀਰਾਂ ਨੂੰ ਤਿੰਨ ਲੈ ਕੇ ਦੇਣੇ ਨੇ ਆਪਣਾ ਆਪਣਾ. ਨਿੱਕੇ ਨਿੱਕੇ. ਹਾਂ ਨਿੱਕੇ ਨਿੱਕੇ ਠੀਕ ਹੈ. ਇਹਦੇ ਕੋਲ ਲੈ ਕੇ ਦੇਣਾ. ਇਹ ਵੀ ਗੱਲ ਸਹੀ ਆ. ਫਿਰ ਰੱਖ ਦੇਾਂਗੇ ਨਾ ਇਹਨਾਂ ਨੇ ਖੇਲ ਜਾ ਖੇਲ ਜਾਣਾ ਰਜਾ ਲਿਆ ਕਰਨੇ ਇੱਥੇ ਰਜਾ ਲੈਣੇ ਕਰਨੇ ਜੀ. ਇਹਨੇ ਆਪਣਾ ਰੱਖਿਆ ਇੱਥੇ ਬਾਗ ਦੇ ਵਿੱਚ ਫਿਰਦੇ ਟੁਰਦੇ ਹੀ ਬਣ ਜਾਂਦੇ ਬਣ ਜਾਂਦੇ ਨੇ. ਨਹੀਂ ਕੀ ਕੀ ਨੇ ਛੋਟੇ ਛੋਟੇ ਨੇ ਤੇ ਇਹ 50000 ਰੁਪਈਆ. ਇਹਨਾਂ ਦੇ ਨਾਮ 50000. ਅੱਛਾ 50 ਦੇ ਆਏ ਦੋਨ. ਹਾਂਜੀ 50 ਦੇ. 50 ਦੇ ਹੈ 50 ਗਾਰ ਦਾ. ਠੀਕ ਆ. ਆ ਤੇ ਜਿਹੜੇ ਨਾ ਨਾਲੇ ਘਰ ਦੇ ਲਿਆਂਦੇ ਹੋਣ ਨਾ ਪਾਲੇ ਹੋਣ ਤੇ ਨਾਲੇ ਸਵਾਬ ਹੁੰਦਾ ਤੇ ਨਾਲੇ ਵਾਵਾ ਫਿਰ ਹੋ ਜਾਂਦੇ ਨੇ. ਨੱਕ ਜੀ ਤਾਂ ਸਾਹ ਲੈਂਦੇ ਆ ਵਕਤੀ ਤੌਰ ਤੇ ਫਿਰ ਲੈਣੇ ਜਰਾ ਕ. ਹਾਂ ਪੱਠੇ ਨਹੀਂ ਖਾਂਦੇ ਪਰ ਜੇ ਵਾਲੇ. ਹਾਂਜੀ ਡਰਦਾ ਨੀ ਹੈ ਨਾ. ਕਿੰਨਾ ਖੁਸ਼ ਹੋਇਆ. ਮੈਂ ਆਪਣੇ ਘਰ ਦੇ ਪਾਲੇ ਹੋਣ ਨਾ. ਹਾਂਜੀ ਸਿੱਧੀ ਰੱਸੀ ਕਰ ਉਹਦਾ ਗਲਿਆ ਘੁੱਟਿਆ ਜਾਣਾ. ਸਿੱਧੀ ਕਰ ਆਪੀ ਇੱਥੇ ਚੁਗ ਲੈਣਗੇ ਨਾ. ਮਾਰਦਾ ਕੋਈ ਨੀ ਫਰਹਾਨ ਅਲੀ ਨੂੰ. ਹਾਂਜੀ
ਮੰਗਾਈ ਵੀ ਹੋਈ ਜੀ ਫਿਰ ਮੈਂ ਦੇ ਉੱਤੇ ਬਹਿ ਗਿਆ ਆ ਗਿਆ ਹਾਂ ਸੁੱਤੀ ਇਹਨਾਂ ਦੀ ਗਾਂ 20000 ਰੁਪਏ ਇੱਕ ਦਾ ਲਾਇਆ ਪਿਆ ਖਲੂ ਪਿਆ ਸਾਰੇ ਨੂੰ ਮੈਂ ਕਿਹਾ 45 ਦੇ ਪਾਟ ਪਿਆ ਰੇ ਨੂੰ ਠੀਕ ਆ ਆ ਤੇ ਫਿਰ ਜਿਨ੍ਹਾਂ ਨੇ ਸਾਰਾ ਸਾਲ ਪਾਲੇ ਹੋਣ ਤੇ ਛੋਟੇ ਛੋਟੇ ਲਾਂਗੇ ਨਾ ਦੋ ਢਾਈਆਂ ਮਹੀਨਿਆਂ ਦਾ ਲਾਭ ਕੁਛ ਵੀ ਨਹੀਂ ਲਿਆਂਦੇ ਨੇ ਮੰਡੀ ਚ ਜਾਵਾਂਗੇ ਅਸੀਂ ਤਰੈਸ ਮੰਗਲ ਵਾਲੀ ਮੰਡੀ ਚ ਨਾ ਜਾਵਾਂਗੇ ਅਸੀਂ ਵੇਖ ਕੇ ਲਿਆਉਂਦੇ ਨਾ ਪੁੱਤ ਉੱਤੇ ਨੀ ਚੜੀਦਾ ਉੱਤੇ ਨੀ ਚੜੀਦਾ ਗਰਮੀ ਫਿਰ ਲੱਗਦੀ ਹੈ ਨਾ ਪਿੱਛੇ ਪਏ ਨੇ ਪੱਟੀਆਂ ਪਈਆਂ ਨੇ ਬੱਲਾਂ ਉਸ ਪਿਆਰੇ ਚ ਹੋ ਜਾਓ ਉਹਨੂੰ ਇਕੱਠੀਆਂ ਕਰਕੇ ਢੀਲੀਆਂ ਲਾਓ ਤੇ ਇਹਨੂੰ ਚੁੱਕ ਕੇ ਬਾਹਰ ਸੁੱਟੀ ਜਾਓ ਕੁਛ ਨੀ ਕਰਦੇ ਦਵਾਣੇ ਪਹਿਲੇ ਤੋੜ ਕੇ ਰੱਖ ਲਿਆ ਤੇ ਬੱਲਾਂ ਪੱਟਦੀਆਂ ਨੇ ਸਾਰੀਆਂ ਬੱਲਾਂ ਪੱਟ ਕੇ ਫਿਰ ਜਾਣਾ ਮੈਂ ਆਪਣੇ ਸਾਰੇ ਸਾਰੇ ਚੀਜ਼ਾਂ